सत श्री अकाल फ्रेंड्स, वेलकम टू माई चैनल देसी फूड इज सेज द सोल ऑफ फूड। अज असी बनावांगे अंब चूरन। उसके लिए असी कच्ची अंबिया लिया ने, इन्होंने चंगी तरह वॉश करके असी पील कर लेंगे, इन्होंने छिल लेंगे। हुण इन्हां दे असी पतले पतले स्लाइस कटने ने, छिलन तो बाद ते जिहड़ी इहदी गीटक है ਉਹ ਅਸੀਂ ਕੱਢ ਦੇਣੀ। ਜਿਹੜੇ ਸਲਾਈਸ ਨੇ ਬਿਲਕੁਲ ਪਤਲੇ ਹੋਣੇ ਚਾਹੀਦੇ ਨੇ। ਤੁਸੀਂ ਟਰਾਈ ਕਰਨਾ, ਤੁਸੀਂ ਸਲਾਈਸਰ ਨਾਲ ਵੀ ਇਹਨੂੰ ਕਰ ਸਕਦੇ, ਗਰੇਟ ਕਰਨਾ ਚਾਹੋ ਗਰੇਟ ਵੀ ਕਰ ਸਕਦੇ ਹੋ, ਉਹ ਤੁਹਾਡੇ 'ਤੇ ਡਿਪੈਂਡ ਹੈ ਤੁਸੀਂ ਜੋ ਕਰਨਾ। ਪਤਲੇ ਪਤਲੇ ਥਿਨ ਸਲਾਈਸਿਸ ਕੱਟਣੇ ਨੇ। ਆਹ ਵੇਖੋ ਕਿੰਨੇ ਮੈਂ ਪਤਲੇ ਕੱਟੇ ਨੇ, ਐਵੇਂ ਪਤਲੇ ਪਤਲੇ ਕੱਟ ਲੈਣੇ ਨੇ ਸਾਰੇ। ਹੁਣ ਅਸੀਂ ਨੈਕਸਟ ਸਟੈਪ ਕੀ ਕਰਨਾ, ਜਦੋਂ ਚੰਗੀ ਤਰ੍ਹਾਂ ਅਸੀਂ ਪਤਲੇ ਪਤਲੇ ਕੱਟ ਲੈਣੇ ਨੇ ਸਾਰੇ ਅੰਬੀਆਂ ਨੂੰ, ਅਤੇ ਇਹਨਾਂ ਨੂੰ ਅਸੀਂ ਧੁੱਪ 'ਚ ਸੁਕਾਉਣਾ। ਧੁੱਪ 'ਚ ਸੁਕਾਉਣ ਲਈ ਸਾਨੂੰ 2-3 ਦਿਨ ਲੱਗੇ ਨੇ, ਅਤੇ ਜਦੋਂ ਵੀ ਇਹਨੂੰ ਸੁਕਾਉਣਾ, ਖੁੱਲ੍ਹਾ ਖੁੱਲ੍ਹਾ ਅਸੀਂ ਕਿਸੇ ਪਲੇਟ ਲੈ ਸਕਦੇ ਹਾਂ ਜਾਂ ਕੋਈ ਸ਼ੀਟ ਜਾਂ ਕੋਈ ਕੱਪੜਾ ਵਿਛਾ ਕੇ ਉਹਦੇ 'ਤੇ ਸੁਕਾਉਣੇ ਨੇ, ਅਤੇ ਉੱਤੋਂ ਇਹਨੂੰ ਢੱਕ ਕੇ ਸੁਕਾਉਣਾ ਤਾਂ ਕਿ ਕੋਈ ਧੂਲ ਮਿੱਟੀ ਨਾ ਪਏ। ਅਤੇ ਇਹਨਾਂ ਨੂੰ ਪ੍ਰੋਪਰ ਡਰਾਈ ਕਰਨਾ ਹੈ, ਕੋਈ ਵੀ ਇਹਦੇ 'ਚ ਮੋਇਸਚਰ ਨਹੀਂ ਆਉਣਾ ਚਾਹੀਦਾ। ਜੇ ਕੋਈ ਮੋਇਸਚਰ ਹੋਏਗਾ ਤਾਂ ਸਾਡਾ ਅੰਬ ਚੂਰਨ ਵਧੀਆ ਨਹੀਂ ਬਣੇਗਾ। ਜੇ ਤੁਸੀਂ ਗਰੇਟ ਕੀਤਾ, ਉਹ 1 ਦਿਨ ਦੀ ਧੁੱਪ ਨਾਲ ਪ੍ਰੋਪਰ ਡਰਾਈ ਹੋ ਜਾਏਗਾ। ਸਾਡੇ ਅੰਬ ਜਿਹੜੇ ਨੇ, ਕੱਚੀਆਂ ਅੰਬੀਆਂ ਚੰਗੀ ਤਰ੍ਹਾਂ ਸੁੱਕ ਗਈਆਂ ਨੇ। 3 ਦਿਨ ਮੈਂ ਧੁੱਪ ਲਵਾਈ ਹੈ ਇਹਨੂੰ, ਅਤੇ ਹੁਣ ਇਹਨੂੰ ਅਸੀਂ ਗ੍ਰਾਇੰਡ ਕਰ ਲਾਂਗੇ, ਚੰਗੀ ਤਰ੍ਹਾਂ ਪਾਊਡਰ ਬਣਾ ਲਾਂਗੇ। ਹੁਣ ਸਾਡਾ ਅੰਬ ਚੂਰਨ ਅਸੀਂ ਗ੍ਰਾਇੰਡ ਕਰ ਲਏ, ਚੰਗੀ ਤਰ੍ਹਾਂ ਪਾਊਡਰ ਫੋਰਮ 'ਚ ਕਰ ਲਏ, ਅਤੇ ਹੁਣ ਸਾਡਾ ਅੰਬ ਚੂਰਨ ਬਣ ਕੇ ਰੇਡੀ ਹੈ। ਵੇਖ ਸਕਦੇ ਕਿੰਨਾ ਵਧੀਆ ਸਮੂਥ ਪਾਊਡਰ ਬਣੇ ਹੈ। ਜੇ ਤੁਹਾਡੇ ਨਹੀਂ ਬਣਦਾ ਸਮੂਥ, ਤੁਸੀਂ ਇਹਨੂੰ ਚੰਗੀ ਤਰ੍ਹਾਂ ਫਿਰ ਛਾਣ ਵੀ ਸਕਦੇ ਹੋ, ਛਾਣ ਕੇ ਅਤੇ ਇਹਨੂੰ ਫਿਰ ਕਰ ਲਓ, ਜਿਹੜਾ ਬਚੇਗਾ ਉਹਨੂੰ ਦੁਬਾਰਾ ਗ੍ਰਾਇੰਡ ਕਰ ਲਓ। ਤੁਹਾਡਾ ਇੱਕਦਮ ਸਮੂਥ ਪਾਊਡਰ ਰੇਡੀ ਹੋ ਜਾਏਗਾ, ਅੰਬ ਚੂਰਨ ਬਣ ਕੇ ਰੇਡੀ ਹੋ ਜਾਏਗਾ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ, ਲਾਈਕ ਕਰਨਾ, ਕਮੈਂਟ ਕਰਨਾ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ। ਹੈਵ ਅ ਨਾਈਸ ਡੇ।